जे लखा सिधाणा या दीप सिद्धू आ कोई परसनल लड़ाई नहीं लड़नगे, वो मोर्चे की ही लड़ाई लड़ गए, किसानों की लड़ाई लड़ी। देखो ये बड़े चुभवे सवाल ने जिहड़े तुसीं करदे हो, यह क्योंकि हुण समां नहीं हैगा करन दा। खसदाना भी पंजाब वाले लड़ रहे, दीप सिद्धू भी पंजाब वाले लड़ रहे, तो आप ज़्यादा इस तरह ना करिए कि लखा सदाणा दीप सिद्धू, लखा सदाणा दीप सिद्धू, ऐ ना करी जाएगा। ये साड़ियां अंदरियां गल्लां ਉਹੀ ਵਕੀਲ ਨੇ ਜਿਹੜੇ ਇਹਨਾਂ ਕੋਲ ਆਏ ਸੀ ਕਿਸਾਨ ਜਥੇਬੰਦੀਆਂ ਕੋਲ ਕਿ ਅਸੀਂ ਲੜਨੇ ਆ ਕੇਸ ਫਰੀ ਲੜਾਂਗੇ, ਇਹਨਾਂ ਨੇ ਉਹਨਾਂ ਨੂੰ ਨਹੀਂ ਅਪਣਾਇਆ, ਉਹਨਾਂ ਨੇ ਅਪਣਾ ਲਿਆ ਦਿੱਲੀ ਕਮੇਟੀ ਵਾਲਿਆਂ ਨੇ, ਅਤੇ ਇਹਨਾਂ ਨੇ ਕੋਈ ਉਹ ਕੋਈ ਇਹਨਾਂ ਤੋਂ ਪੈਸੇ ਥੋੜ੍ਹੀ ਮੰਗਦੇ ਸੀ। ਬਾਪੂ ਜੀ, ਲੱਖਾ ਸਿਧਾਣਾ ਦੀਪ ਸਿੱਧੂ ਬਾਰੇ ਕੀ ਕਹਿਣਾ ਚਾਹੋਗੇ? ਦੀਪ ਸਿੱਧੂ ਅੰਦਰ ਬੈਠਾ ਹੈ, ਲੱਖਾ ਸਿਧਾਣਾ ਆਪਣੇ ਅੰਦਰ ਅੰਡਰਗਰਾਊਂਡ ਬੈਠਾ ਹੈ। ਜਿਹੜੇ 40 ਜਿਹੜੇ ਸਾਡੇ ਲੀਡਰ ਹੈ ਸਾਹਿਬਾਨ, ਉਹਨਾਂ ਨੇ ਉਹਨਾਂ ਨੂੰ ਅੱਡ ਕਰ ਦਿੱਤਾ ਹੈ, ਇਸ ਅੰਦੋਲਨ ਤੋਂ ਸਟੇਜ ਸਾਂਝੀ ਕਰਨ ਤੋਂ ਵੀ ਮਨਾ ਕਰ ਦਿੱਤਾ ਹੈ। ਮੈਂ ਪਹਿਲਾਂ ਹੀ ਇਹ ਗੱਲਾਂ ਕਹਿ ਚੁੱਕਾ ਹਾਂ, ਸਪੈਸ਼ਲੀ ਪਾਰਟੀਕੁਲਰਲੀ ਤੁਸੀਂ ਨਾਂ ਲੈ ਕੇ ਕਹਾਉਣਾ ਚਾਹੁੰਦੇ ਹੋ, ਅਤੇ ਜੇ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਆ ਕੋਈ ਪਰਸਨਲ ਲੜਾਈ ਨਹੀਂ ਲੜਨਗੇ, ਉਹ ਮੋਰਚੇ ਦੀ ਹੀ ਲੜਾਈ ਲੜਨ ਗਏ, ਕਿਸਾਨਾਂ ਦੀ ਲੜਾਈ ਲੜਨੀਆਂ ਸੀ। ਜੇ ਕਿਸਾਨ ਆਗੂ ਸਟੇਜ 'ਤੇ ਖੜ ਕੇ ਇਹ ਕਹਿੰਦੇ ਨੇ ਕਿ ਸਾਡੇ ਕਿਸੇ ਕਿਸਾਨ ਆਗੂ ਨੂੰ ਜੇ ਸਰਕਾਰ ਦੀ ਹਿੰਮਤ ਹੈ ਹੱਥ ਪਾ ਕੇ ਵਿਖਾਵੇ, ਤਾਂ ਉਹਨਾਂ ਨੂੰ ਇਹ ਵੀ ਦਲੇਰੀ ਕਰਨੀ ਚਾਹੀਦੀ ਹੈ ਕਿ ਜਿਹੜੇ ਸਾਡੇ ਅੰਦੋਲਨ ਵਿੱਚ ਬਾਕੀ ਨੌਜਵਾਨਾਂ ਦੇ ਖਿਲਾਫ ਕੇਸ ਨੇ, ਉਹਨਾਂ ਦੀ ਵੀ ਸਾਸੀ ਜ਼ਿੰਮੇਵਾਰੀ ਲੈਂਦੇ ਹਾਂ, ਉਹਨਾਂ ਦੇ ਵੀ ਅਸੀਂ ਨਾਲ ਖੜੇ ਹਾਂ, ਉਹਨਾਂ ਦੀ ਜ਼ਿੰਮੇਵਾਰੀ ਉਹ ਕਹਿ ਉਹ ਕਹਿਣਗੇ, ਉਹ ਕਹਿਣਗੇ ਨਹੀਂ ਕਰਨਗੇ, ਇਹਨਾਂ ਨੂੰ ਕਲਾਵੇ ਵਿੱਚ ਲੈਣਗੇ, ਇਹਨਾਂ ਦੇ ਕੇਸ ਵੀ ਲੜੇ ਜਾਣਗੇ ਔਰ ਸਭ ਕੁਝ ਹੋਏਗਾ। ਪਰ ਹੁਣ ਇਹ ਹੈ ਕਿ ਆਹ ਜਿਹੜੇ ਐਫਰਟਸ ਜਿਹੜੇ ਆ, ਸਾਨੂੰ 2 ਮਹੀਨੇ ਜਿਹੜਾ ਸਮਾਂ ਲੱਗਾ ਹੈ, ਇਹ 2 ਮਹੀਨੇ ਅਸੀਂ ਅੰਦੋਲਨ ਅੱਗੇ ਵਧਾਉਣਾ ਸੀ, ਜਿਹੜਾ ਅਸੀਂ ਨਹੀਂ ਵਧਾਇਆ, ਅਸੀਂ ਇਸੇ ਚੱਕਰਾਂ ਵਿੱਚ ਲੱਗੇ ਰਹੇ, ਅਤੇ ਹੁਣ ਅਸੀਂ ਅੱਗੇ ਵਧਾਂਗੇ। ਬਾਪੂ ਜੀ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਜਿਹੜਾ ਉਪਰਾਲੇ ਕੀਤੇ ਗਏ ਹੁਣ ਤੱਕ, ਜਿਹੜੇ ਅੰਦਰ ਗਏ ਆ ਸਿੱਖ ਨੌਜਵਾਨ ਕਿਸਾਨ ਗਏ ਆ, ਉਹਨਾਂ ਨੂੰ ਬਾਹਰ ਕਢਾਉਂਦਾ ਸਿਰਫ ਉਹਨਾਂ ਨੇ ਆਪਣਾ ਵੀੜਾ ਚੱਕਿਆ, ਕਿਸੇ ਹੋਰ ਸਿੱਖ ਸੰਸਥਾ ਨੇ? ਦੇਖੋ ਇਹ ਬੜੇ ਚੁਭਵੇਂ ਸਵਾਲ ਨੇ ਜਿਹੜੇ ਤੁਸੀਂ ਕਰਦੇ ਹੋ, ਇਹ ਕਿਉਂਕਿ ਹੁਣ ਸਮਾਂ ਨਹੀਂ ਹੈਗਾ ਕਰਨ ਦਾ। ਇਹ ਧੰਨਵਾਦ ਦਿੱਲੀ ਕਮੇਟੀ ਦਾ ਜਿਨ੍ਹਾਂ ਨੇ ਐਫਰਟਸ ਕੀਤੇ, ਪਰ ਫਿਰ ਵੀ ਮੈਂ ਕਹਾਂਗਾ ਕਿ ਇਹ ਜਿਹੜੇ ਐਫਰਟਸ ਹੋਏ ਨੇ, ਵਕੀਲਾਂ ਨੇ ਤਾਂ ਫਰੀ ਕੇਸ ਲੜੇ ਨੇ, ਅਤੇ ਉਹ ਕੇਸ ਲੜਨ ਵਾਸਤੇ ਤਾਂ ਸਾਡੀਆਂ ਜਥੇਬੰਦੀਆਂ ਕੋਲ ਆਏ ਸੀ ਵੀ ਅਸੀਂ ਫਰੀ ਕੇਸ ਲੜਨਾ ਚਾਹੁੰਦੇ ਹਾਂ, ਕੇਸ ਤਾਂ ਵਕੀਲਾਂ ਨੇ ਲੜਨੇ ਸੀ, ਇਹਨਾਂ ਨੇ ਤਾਂ ਪ੍ਰੈਸ ਕਾਨਫਰੰਸਾਂ ਹੀ ਕਰਨੀਆਂ ਸੀ ਜਿਹੜੀਆਂ ਇਹਨਾਂ ਨੇ ਨਹੀਂ ਕੀਤੀਆਂ, ਉਹ ਦਿੱਲੀ ਕਮੇਟੀ ਵਾਲਾ ਕਰ ਗਿਆ, ਸਾਰਾ ਕ੍ਰੈਡਿਟ ਦਿੱਲੀ ਕਮੇਟੀ ਵਾਲਾ ਲੈ ਗਿਆ, ਨਹੀਂ ਲੈ ਸਕੇ, ਅਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਸਾਡੇ ਸਾਹਮਣੇ ਗੱਲਾਂ, ਇਹ ਕਰਨ ਵਾਲੀਆਂ ਜਿਹੜੀਆਂ ਕੀਤੀਆਂ ਵੀ ਜਾਣਗੀਆਂ, ਪਰ ਇਹ ਆਉਣ ਵਾਲੇ ਸਮੇਂ ਜਿੱਤਣ ਤੋਂ ਬਾਅਦ ਇਹਨਾਂ ਦੇ ਅਨਾਲਿਸਿਸ ਹੋਣਗੇ। ਵਕੀਲ ਵੀ ਤਾਂ ਉਹਨਾਂ ਦੇ ਨਾਲ ਹੀ ਹੁੰਦੇ ਪ੍ਰੈਸ ਕਾਨਫਰੰਸ ਵਿੱਚ, ਮੈਂ ਉਹੀ ਤਾਂ ਕਹਿੰਦਾ, ਉਹੀ ਵਕੀਲ ਨੇ ਜਿਹੜੇ ਇਹਨਾਂ ਕੋਲ ਆਏ ਸੀ ਕਿਸਾਨ ਜਥੇਬੰਦੀਆਂ ਕੋਲ ਕਿ ਅਸੀਂ ਲੜਨੇ ਆ ਕੇਸ ਫਰੀ ਲੜਾਂਗੇ ਅਸੀਂ, ਇਹਨਾਂ ਨੇ ਉਹਨਾਂ ਨੂੰ ਨਹੀਂ ਅਪਣਾਇਆ, ਉਹਨਾਂ ਨੇ ਅਪਣਾ ਲਿਆ ਦਿੱਲੀ ਕਮੇਟੀ ਵਾਲਿਆਂ ਨੇ, ਅਤੇ ਇਹਨਾਂ ਨੇ ਕੋਈ ਉਹ ਕੋਈ ਇਹਨਾਂ ਤੋਂ ਪੈਸੇ ਥੋੜ੍ਹੀ ਮੰਗਦੇ ਸੀ, ਉਹਨਾਂ ਨੇ ਤਾਂ ਬੰਦਿਆਂ ਦੀ ਜ਼ਮਾਨਤਾਂ ਕਰਾਉਣੀਆਂ ਸੀ ਅਤੇ ਇਹਨਾਂ ਦੇ ਲਿਆਉਣ ਕੇ ਨਾਲ ਬਿਠਾ ਦੇਣਾ ਸੀ, ਇਹਨਾਂ ਨੇ ਸਿਰਫ ਪ੍ਰੈਸ ਕਾਨਫਰੰਸ ਕਰਨਾ। ਇਹ ਮਹਾਰਾਜ ਇਹ ਬਖਸ਼ਦਾ ਹੈ ਚੀਜ਼ਾਂ, ਇਹ ਵਡਿਆਈਆਂ ਜਿਹੜੀਆਂ ਨਾ, ਇਹ ਜਿਹਦੇ ਜਿਹਦੇ ਹਿੱਸੇ ਆਉਂਦੀਆਂ ਉਹਨੂੰ ਹੀ ਮਿਲਦੀਆਂ, ਇਹਨਾਂ ਦੇ ਹਿੱਸੇ ਨਹੀਂ ਸੀਗੀਆਂ, ਨਹੀਂ ਲੈ ਪਾਏ, ਨਹੀਂ ਕ੍ਰੈਡਿਟ ਲੈ ਪਾਏ, ਕ੍ਰੈਡਿਟ ਉਹ ਲੈ ਗਿਆ, ਠੀਕ ਹੈ ਨਾ ਜੀ, ਅਤੇ ਇਹ ਸਾਰੀਆਂ ਚੀਜ਼ਾਂ ਇਤਿਹਾਸ 'ਚ ਦਰਜ ਹੋ ਗਈਆਂ, ਇਤਿਹਾਸ ਆਉਣ ਵਾਲਾ ਜਿਹੜਾ ਉਹ ਤੈ ਦੱਸੇਗਾ ਕਿ ਉਦੋਂ ਕੌਣ ਕੀ ਕਰ ਰਿਹਾ। ਅੱਗੇ ਜਿਹੜਾ ਸੰਘਰਸ਼ ਚੱਲੂਗਾ ਉਹਦੇ 'ਚ ਦੀਪੂ ਜਿਹੜਾ ਉਹ ਆਪਣਾ ਰਾਣਾ ਜਿਹੜਾ ਇਹ ਸਾਰੇ ਆਉਣਗੇ, ਕਿਉਂ ਨਹੀਂ ਆਉਣਗੇ? ਇਹ ਸੰਘਰਸ਼ ਕਿਸੇ ਦਾ ਕੋਈ ਪਰਸਨਲ ਥੋੜ੍ਹੀ ਆ, ਨਾ ਦੀਪ ਸਿੱਧੂ ਦਾ ਪਰਸਨਲ ਆ, ਨਾ ਲੱਖੇ ਸਿਧਾਣੇ ਦਾ ਪਰਸਨਲ ਆ, ਲੱਖਾ ਸਿਧਾਣਾ ਵੀ ਪੰਜਾਬ ਵਾਲੇ ਲਈ ਲੜ ਰਿਹਾ, ਦੀਪ ਸਿੱਧੂ ਵੀ ਪੰਜਾਬ ਲਈ ਲੜ ਰਿਹਾ, ਆਪਾਂ ਸਾਰੇ ਵੀ ਪੰਜਾਬ ਲਈ ਲੜ ਰਹੇ, ਸਾਰੇ ਹੀ ਆਉਣਗੇ, ਅਤੇ ਆਪਾਂ ਜ਼ਿਆਦਾ ਇਸ ਨੂੰ ਇਸ ਤਰ੍ਹਾਂ ਨਾ ਕਰੀਏ ਕਿ ਲੱਖਾ ਸਿਧਾਣਾ ਦੀਪ ਸਿੱਧੂ, ਲੱਖਾ ਸਿਧਾਣਾ ਦੀਪ ਸਿੱਧੂ, ਐਂ ਨਾ ਕਰੀ ਜਾਇਆ ਕਰੇ, ਇਹ ਸਾਡੀਆਂ ਅੰਦਰਲੀਆਂ ਗੱਲਾਂ ਬਹਿ ਕੇ ਕਰਾਂ।